ਛੱਤ ਦੇ ਹੁੰਦੀ ਨਹੀਂ ਧੁੱਪ ਸਾਡੀ ਹਾਂ ਹੁਣ ਆਲੇ ਦੁਆਲੇ ਤੁਹਾਡੇ ਬਣੇ ਤੇ ਹੈ ਕਿੰਨੇ ਦਿਨ ਘੱਟ ਨਹੀਂ ਹੋਈ ਇੰਨੀ ਨਹੀਂ ਸਾਡਾ ਸਹੀ ਹੁੰਦੀ ਧੁੱਪ ਸ਼ਾਮ ਤੱਕ ਰਹਿੰਦੀ ਉੱਤੇ ਘੱਟ ਵੱਧ ਹੀ ਜਾਂਦੇ ਹੋ ਕਿੱਥੇ ਚਲੇ ਜਾਂਦੇ ਹੋ ਨਹੀਂ ਮੈਂ ਹੀ ਜਾਂਦੀ ਆਈ ਲਸਣ ਲਿਆਉਣਾ ਫਿਰ ਨਹੀਂ ਯਾਦ ਰਿਹਾ ਚੱਲ ਕੋਈ ਨਹੀਂ ਅਸੀਂ ਅੱਛੀ ਮੇਰੀ ਨਾਨੋ ਬਾਜੀ ਅਜੇ ਤੱਕ ਪਰਾਂਦਾ ਪਾਉਂਦੇ ਜੇ ਬਾਜੀ ਵੀ ਪਾਉਂਦੇ ਬਾਜੀ ਵੀ ਪਾਉਂਦੇ ਬਾਜੀ ਦੇ ਹੋਣ ਵਾਲਾ ਨਾ ਕੋਈ ਫਰਕ ਤਾਂ ਨਹੀਂ ਪਿਆ ਇਸ ਤੋਂ ਬਾਅਦ ਨਹੀਂ ਸੋ ਲੋਕਾਂ ਦੇ ਮਤਲਬ ਜਦੋਂ ਲੱਗਦੀ ਹੈ ਨਾ ਉਦੋਂ ਲੈ ਜਾਂਦੇ ਨੇ ਬਾਜੀ ਲੇਕਿਨ ਉਹਦੇ ਜਿਹੜੀ ਉਹ ਨੈਲਾ ਬਾਜੀ ਹੈ ਉਹਦੇ ਤਾਂ ਨਹੀਂ ਲੱਗਿਆ ਉਹਦੇ ਤਾਂ ਮੈਂ ਵੇਖੀ ਨਵਾਲ ਹੈ ਅੱਛਾ ਹਾਂ ਅੱਗੇ ਨਾਲ ਮੈਨੂੰ ਸੋਹਣੀ ਵੀ ਬੜੀ ਲੱਗਦੀ ਹੈ ਮੈਂ ਤਾਂ ਉਹਨੂੰ ਬੜੀ ਦੇਰ ਬਾਅਦ ਦੇਖਿਆ ਨੈਲਾ ਸਾਰੀਆਂ ਭੈਣਾਂ 'ਚ ਉਹ ਵੀ ਜ਼ਿਆਦਾ ਸੋਹਣੀ ਸਹੀ ਗੱਲ ਇਬਰਾਹੀਮ ਇਬਰਾਹੀਮ ਜੁਮਾ ਪੜ੍ਹਨ ਜਾਂਦੇ ਹੋ ਹਾਂ ਨਹੀਂ ਮੈਂ ਘਰ ਪੜ੍ਹਨੀ ਅੱਲਾਹੁਮਾ ਸੱਲੇ ਬਾਜੀ ਜਾਂਦੇ ਨੇ ਮੈਂ ਵੀ ਕਦੇ ਗਏ ਬਾਜੀ ਦੇ ਨੇੜੇ ਮੇਰੇ ਹੱਥ 'ਚ ਮਸਜਿਦ ਨਹੀਂ ਨਾਲੇ ਬਾਜੀ ਉਹ ਭਾਬੀ ਨੇ ਨਾ ਉਹ ਜਾਂਦੇ ਨੇ ਉਹ ਤਾਂ ਤਕਾਹ ਵੀ ਉੱਥੇ ਪੀਂਦੇ ਨੇ ਮਸਜਿਦ 'ਚ ਅੱਛਾ ਮੇਰੀਆਂ ਨੂੰ ਬਾਬਰਾ ਨੇ ਸਾਰੀਆਂ ਜੁਮਾ ਮਸਜਿਦ 'ਚ ਜਾ ਕੇ ਪੜ੍ਹਦੀਆਂ ਲੱਗਦਾ ਜੁਮਾ ਭਾਬੀਆਂ ਦਾ ਹੋਵੇ ਉਹਨਾਂ ਦਾ ਪਹਿਲਾਂ ਹੀ ਹੈ ਚਿੱਟੇ ਵਾਲਾਂ ਨਹੀਂ ਹੁੰਦੀ ਜਾਂ ਸਿੱਕਰੀ ਵੀ ਧੁੱਪ ਦਾ ਲਿਸ਼ਕਾਰਾ ਸਿੱਧਾ ਆਉਂਦਾ ਦਿਲ ਕਰਦਾ ਧੁੱਪ 'ਚ ਮੰਜੀ ਡਾਹ ਕੇ ਨਾਲ ਬੰਦਾ ਥੋੜ੍ਹੀ ਦੇਰ ਦੇਖੀ ਜਾ ਰਹੀ ਧੁੱਪ 'ਚ ਬੜਾ ਸਕੂਨ ਮਿਲਦਾ ਇੱਥੇ ਇਹ ਡਰ ਨਾ ਕਦੀ ਕੋਈ ਇੱਧਰੋਂ ਆਵੇ ਇੱਧਰੋਂ ਆਵੇ
ਪੁਰਾਣਾ ਘਰ ਹੁੰਦਾ ਸੀ ਯਾਦ ਹੈ ਨਾ ਚਬਾਰੇ ਵਾਲਾ ਫਲੈਟ ਵਾਲਾ ਜਦੋਂ ਸਕੂਲ ਜਾਈਦਾ ਸੀ ਉਦੋਂ ਜਮ੍ਹਾਂ ਹੀ ਨਹੀਂ ਸਾ ਮੁੱਕਦੀਆਂ ਮੈਨੂੰ ਤਕਰੀਬਨ ਸਾਰੇ ਬੱਚਿਆਂ ਨੂੰ ਇੰਝ ਹੀ ਹੁੰਦੀ ਆ ਅਤੇ ਹੁਣ ਜੇ ਇਹਨਾਂ ਨੂੰ ਕਦੀ ਸਕੂਲੋਂ ਪਾਈ ਆ ਨਾ ਤਾਂ ਫਿਰ ਮੇਰੇ ਨਾਲ ਸੋਏਗੀ ਅਤੇ ਫਿਰ ਮੈਨੂੰ ਨਾਲ ਪਾਏਗੀ ਇੱਥੇ ਦੇ ਬੱਚਿਆਂ ਨਾਲ ਉਸ ਦਿਨ ਕੁੜੀਆਂ ਨਾਲ ਖੇਡਦੀ ਸੀ ਅਤੇ ਇੱਕ ਤੱਕ ਚੜ੍ਹੀ ਪਰ ਉਹ ਜਿਸ ਦਿਨ ਸੁਣਾਉਂਦੀ ਨਹੀਂ ਸੀ ਫਿਰ ਇਹਨੂੰ ਸਟੋਰੀ ਉਹਦੇ 'ਚ ਉਹਨੇ ਸਹੀ ਤੱਕ ਹੀ ਨਹੀਂ ਫੜੀ ਹਾਂਜੀ ਇਹਨਾਂ ਜੂ ਹੈ ਆਪਣੇ ਪਸੰਦ ਚੜ੍ਹ ਜਾਂਦੀ ਬੱਚਿਆਂ ਨਾਲ ਮੇਰੀਆਂ ਵਾਲਾਂ ਉਲਟੀਆਂ ਵਾਲਾਂ ਚੋਂ ਨਾ ਜੂਆਂ ਲੱਭਦੀਆਂ ਨੇ ਮੇਰੇ ਸਿਰ 'ਚੋਂ ਮੀਸਾਂ ਬੜੀਆਂ ਜੂਆਂ ਕੱਢਦੀ ਕੱਢ ਲੈਂਦੀ ਉਹ ਤਾਂ ਬੜੀਆਂ ਸੋਹਣੀਆਂ ਕੱਢਦੀ ਮੀਰਨ ਨੂੰ ਨਹੀਂ ਸਗੋਂ ਜਾਚ ਮੀਸਮ ਨੂੰ ਜਾਚ ਉਹਨਾਂ ਦੀਆਂ ਮੀਰਨ ਨਹੀਂ ਮੁੱਕਦੀਆਂ ਰੋਜ਼ੀ ਵੀ ਕੱਢ ਲੈਂਦੀ ਵੇਖ ਲੈਂਦੀ ਰੋਜ਼ੀ ਤਾਂ ਮੀਸਮ ਕੱਢਦੀਆਂ ਨੇ ਨਾ ਮੀਰਨ ਨੂੰ ਜਾ ਕੇ ਨਾ ਇਤਬਾਰ ਇਹਨਾਂ ਦੋਵਾਂ ਨੂੰ ਮੈਂ ਛੱਤ 'ਤੇ ਜਾ ਸਿਖਾਈ ਸੀ ਜੂਆਂ ਕੱਢਣ ਦੀ ਉਸ ਮਾਂ ਪਿਓ ਨੂੰ ਵੀ ਨਾ ਥੋੜ੍ਹਾ ਉਹਨੂੰ ਨਜ਼ਰ ਘੱਟ ਘੱਟ ਨਜ਼ਰ ਆਉਂਦੀ ਠੰਡੀ ਹਵਾ ਉਹਨਾਂ ਦੇ ਘਰ ਦੇ ਅੱਗੇ ਨਾ ਇੰਨੀ 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 ਜਗ੍ਹਾ ਪਿੱਛੇ ਛੱਡੀ ਉਹਨਾਂ ਨੇ ਇੰਨੀ ਜਗ੍ਹਾ ਪਿੱਛੇ ਲਾਉਣ ਵਾਸਤੇ ਛੱਡੀ ਹੈ ਕਿੰਨਾ ਇਹਨਾਂ ਦੇ ਅੰਮੀ ਦੇ ਘਰ ਅੱਛਾ ਝੂਲਾ ਵੀ ਲੱਗਾ ਐਡੀ ਸੋਹਣੀ ਧੁੱਪ ਆਉਂਦੀ ਹੈ ਅਤੇ ਫਿਰ ਪਿੱਛੇ ਜਿਹੜਾ ਸਕੂਲ ਬਣਾਇਆ ਉਹਨੇ ਨਾ ਉੱਥੇ ਉਹ ਵੀ ਉਹ ਇੰਝ ਇਸ ਨਾਲ ਵੀ ਜ਼ਿਆਦਾ ਖੁੱਲ੍ਹੀ ਜਗ੍ਹਾ ਹੈ ਬੱਚਿਆਂ ਵਾਸਤੇ ਨਾ ਖੇਡਣ ਵਾਸਤੇ ਅਤੇ ਫਿਰ ਉੱਥੇ ਜਾ ਕੇ ਬਹਿ ਕੇ ਵੀ ਨਾ ਖਾਂਦੀਆਂ ਨੇ ਘਰ ਲਾਏ ਨੇ ਬੈਂਗਣ ਲੀਮੂ ਹਰੀਆਂ ਮਿਰਚਾਂ ਧਨੀਆ ਉਹ ਬਾਗ ਦੇ ਵਿੱਚ ਹੀ ਹੋਰ ਜੇ ਨਿੰਬੂ ਦਾ ਬੂਟਾ ਤਾਂ ਮੈਂ ਵੀ ਸਭਾ ਮੰਗਾਇਆ ਡੇਢ ਸੌ ਰੁਪਏ ਦਾ ਆਇਆ ਹਜੇ ਲੱਗਣੇ ਨਹੀਂ ਸਟਾਰਟ ਹੋਏ ਨਹੀਂ ਹਜੇ ਤਾਂ ਸ਼ੁਰੂ ਹੋਇਆ ਹੁਣ ਮੰਗਾਇਆ ਫੁੱਲ ਗੁਲਾਬ ਦਾ ਅਤੇ ਮੋਤੀਏ ਦਾ ਲਿਆਂਦਾ ਸੀ ਮੈਂ ਅਤੇ ਉਹ ਮੈਨੂੰ ਪੁੱਤ ਲੱਗਦੇ ਨੇ ਗੁਲਾਬ ਨੂੰ ਦੂਸਰੀ ਜਗ੍ਹਾ ਤੇ ਜਿਹੜੀ ਖੁੱਲੀ ਜਗ੍ਹਾ ਨਹੀਂ ਦੀਵਾਰ ਕੇ ਸਾਥ ਨਹੀਂ ਲਗਾਏ ਉਹ
ਤੇ ਉੱਥੇ ਤੇ ਉਹ ਮੂਈਜ਼ ਦੇ ਛਲੰਗਾ ਮਾਰਦੇ ਨੇ ਇੱਕ ਦੀਵਾਰ ਤੋਂ ਦੂਜੇ ਇਧਰਲੇ ਪਾਸਿਓ ਨਾ ਹੈ ਨਾ ਦੀਵਾਰ ਛੱਤ ਬਣੀ ਤੇ ਜਿਹੜੀ ਅੱਗੇ ਵੀ ਉੱਥੇ ਕੋਨੇ ਛੱਤ ਬਣੀ ਸਾਹਮਣੇ ਦੋ ਲਿਆ ਫਲਾਈ ਸਾਹਮਣੇ ਕੋਈ ਜਗ੍ਹਾ ਹੈ ਉੱਤੇ ਛੱਤ ਤੇ ਬਥੇਰੀ ਜਗ੍ਹਾ ਉਹਨਾਂ ਦੀ ਜਿੰਨੀ ਸਾਡੀ ਜਗ੍ਹਾ ਉਨੀ ਉਹਨਾਂ ਦੀ ਅੱਛਾ ਉਹ ਵੀ 6:30 ਵੇ ਲੇਕਿਨ ਉਹ ਇੰਜ ਕਰਕੇ ਇੰਜ ਦੂਸਰੀ ਗਲੀ ਵਾਲੇ ਉਹਦਾ ਰੁੱਖ ਨਹੀਂ ਨਹੀਂ ਸਿੱਧਾ ਹੀ ਸਾਡੀ ਗਲੀ ਦੇ ਸਾਹਮਣੇ ਲੇਕਿਨ ਲੱਗਦਾ ਤੇ ਇੰਜ ਜਿਵੇਂ ਇੰਜ ਕਰਕੇ ਵਿਚਕਾਰ ਮਸਜਿਦ ਵੀ ਹੈ ਤੇ ਉਹ ਵੀ ਛੱਡ ਕੇ ਉਧਰ ਮੂੰਹ ਹੈ ਨਹੀਂ ਨਹੀਂ ਸਿੱਧਾ ਹੀ ਜਿਵੇਂ ਸਾਡਾ ਹੈ ਨਾ ਹਾਂ ਇੰਜ ਹੀ ਤੋਂ ਕੋਈ ਨਾ ਵੇਖਿਆ ਨਾ ਮੈਂ ਨਹੀਂ ਹੋਰ ਕੀਤਾ ਦੁਕਾਨਾਂ ਵੀ ਨੇ ਸ਼ਾਇਦ ਨਿਕਲੀਆਂ ਉਹ ਤੇ ਉਹ ਮੇਰੇ ਵਾਲੇ ਪਲਾਟ ਤੇ ਜਿਹੜਾ ਹੈ ਹਾਂਜੀ ਹਾਂਜੀ ਉਹਦੇ ਵਿੱਚ ਦੋ ਦੁਕਾਨਾਂ ਅੱਛਾ ਉਹ ਚੜੀਆਂ ਨੇ ਨਹੀਂ ਖਾਲੀ ਪਈਆਂ ਤੇ ਚੜਾਈਆਂ ਕਿਉਂ ਨਹੀਂ ਉਹ ਅਜੇ ਕੋਈ ਲੈਂਦਾ ਹੀ ਨਹੀਂ ਅਜੇ ਨਹੀਂ ਹੈ ਨਹੀਂ ਸੀ ਨਾ ਹੁਣ ਵਾਹਵਾ ਚੱਲਣ ਲੱਗ ਪਿਆ ਸਾਡਾ ਬਾਜ਼ਾਰ ਆਹਿਸਤਾ ਆਹਿਸਤਾ ਤੁਹਾਡੀ ਗਲੀ 'ਚ ਆਉਂਦਾ ਪਿਆ ਬਾਜ਼ਾਰ ਅੱਗੇ ਟੁਰਦਾ ਸ਼ੈਂਪੂ ਸੂਟ ਕਰ ਗਿਆ ਮੈਂ ਹੁਣ ਇਹ ਕੋਸ਼ਿਸ਼ ਕਰਨੀ ਹਾਂ ਕਿਹੜਾ ਜਿਹੜਾ ਕਾਲੇ ਰੰਗ ਦਾ ਨਹੀਂ ਪਿਆ ਲੈ ਬੋਆ ਅੱਛਾ ਉਹ ਵੀ ਅਤੇ ਇੱਕ ਸਬਜ਼ ਰੰਗ ਦਾ ਉਹ ਦੂਸਰੇ ਵਾਸ਼ਰੂਮ 'ਚ ਪਿਆ ਦੋਵੇਂ ਇਹ ਹੀ ਦੋ ਮੈਂ ਲਾਏ ਨੇ ਅਤੇ ਵਾਲ ਵੱਧਦੇ ਨੇ ਤਾਂ ਹੈਡ ਐਂਡ ਸ਼ੋਲਡਰ ਉੱਥੇ ਪਿਆ ਜੇ ਅਗਰ ਤੁਸੀਂ ਯੂਜ਼ ਕਰਨਾ ਨਾ ਜਿੱਥੇ ਸਰਫ ਕੱਢਿਆ ਜੇ ਨਾ ਉੱਥੇ ਮੈਂ ਰੱਖਿਆ ਹੈ ਸਿਕਰੀ ਹੈ ਨਾ ਵੀ ਥੋੜ੍ਹੀ ਇੰਨੀ ਨਹੀਂ ਹੈ ਇੰਨੀ ਹਾਰਸ਼ ਹੁੰਦੀ ਹੈ ਜਗ੍ਹਾ ਤੇ ਬਸ ਕੈਂਜ ਲਾ ਦੀਏ ਜਿਵੇਂ ਜੂਆਂ ਟੁੱਟਦੀ ਮਿੰਟ ਜਾਇਨਾ ਦੀ ਸਰਦੀਆਂ 'ਚ ਧੱਦਰ ਟੁੱਟ ਜਾਂਦੀ ਜੇ ਅਤੇ ਗਰਮੀਆਂ 'ਚ ਆ ਜਾਂਦੀ ਸੀ ਹਾਂ ਸਾਡੀ ਖਾਨਦਾਨੀ ਧੱਦਰ ਤੁਹਾਨੂੰ ਵੀ ਗਰਮੀਆਂ 'ਚ ਡੋ ਸਰਦੀਆਂ 'ਚ ਡੋ ਜਾਂਦੀ ਹੈ ਹੁਣ ਉਹਦੀ ਹੈ ਹੀ ਕੋਈ ਨਹੀਂ ਤਾਂ ਗਰਮੀਆਂ 'ਚ ਸਾਰੀ ਜਗ੍ਹਾ ਭਰ ਜਾਂਦੀ ਸੀ ਖਾਰਿਸ਼ ਹੁੰਦੀ ਸੀ ਮੈਨੂੰ ਹੀ ਬਾਜੀ ਜ਼ੋਰਾਂ ਨੂੰ ਚਾਂਦ ਨੂੰ ਬਸ਼ਰ ਨੂੰ ਵੀ ਦਾੜੀ 'ਚ ਵੇਖੀ ਸੀ ਕਿੰਨੀ ਮੈਨੂੰ ਲੱਗਦਾ ਉਹਨਾਂ ਨੂੰ ਖੁਸ਼ੀ ਹੋਰਾਂ ਨੂੰ ਵੀ ਹੋ ਸਕਦਾ ਹੋਵੇ
ਅਜੇ ਤੋਂ ਉਹਨਾਂ ਦੇ ਵਾਲ ਤਿੰਨਾਂ ਭੈਣਾਂ ਦੇ ਕੁੰਡਲੇ ਨੇ ਅਤੇ ਮੁੰਡਿਆਂ ਦੇ ਸਿੱਧੇ ਨੇ ਇਹਨਾਂ ਦੇ ਖੁਸ਼ੀ ਹੋਰਾਂ ਦੇ ਕੁੰਡਲੀ ਰੱਖਦੀ ਹੈ ਉਹਨਾਂ ਦੀ ਮਾਂ ਦੇ ਸਿੱਧੇ ਨੇ ਬਾਜੀ ਹਾਂ ਅਤੇ ਪਿਓ ਦੇ ਵੀ ਸਿੱਧੇ ਹੀ ਨੇ ਮੇਰੇ ਹਾਲ ਆਉਂਦੇ ਪਤਾ ਨਹੀਂ ਭਾਈ ਨੇ ਤਾਂ ਹਰ ਵਕਤ ਟੋਪੀ ਪਾਈ ਹੁੰਦੀ ਜਿਹੜੀ ਪੋਲੀਆਂ ਬਣਾਉਂਦਾ ਉਦੋਂ ਵੇਂਦੀ ਨਹੀਂ ਸਾਫ਼ ਸਿੱਧੇ ਵਾਲ ਭਾਈ ਬਸ਼ਰ ਅੱਛਾ ਅੱਛਾ ਮੈਂ ਆਪਣੇ ਬਦਸਰ ਦੀ ਗੱਲ ਕਰਦੀ ਭਾਈ ਅੰਮ੍ਰਿਤਸਰ ਦੇ ਵੀ ਕੁੰਡਲੇ ਨੇ ਉਹ ਤਾਂ ਗੰਜਾ ਹੋਇਆ ਅਤੇ ਯਾਦ ਨੇ ਮੈਨੂੰ ਭੁੱਲ ਜਾਂਦੀ ਯਾਦਾਸ ਮੇਰੀ ਬੜੀ ਖਰਾਬ ਹੈ ਇੱਥੋਂ ਬਾਜੀ ਮੈਨੂੰ ਦਰਦ ਸ਼ੁਰੂ ਹੁੰਦੀ ਹੈ ਇੰਜ ਕੰਨ ਦੇ ਵਿੱਚ ਇਹ ਜਗ੍ਹਾ ਤਾਂ ਵੀ ਤਾਂ ਹੁਣ ਥੋੜ੍ਹੀ ਘੱਟ ਹੋਈ ਹੈ ਕੁੜਪੜੀ 'ਚ ਹਾਂ ਇਹ ਦਰਦ ਸ਼ਕੀਕਾ ਨਹੀਂ ਹੈ ਨਹੀਂ ਉਹ ਤਾਂ ਮੇਰੇ ਖਿਆਲ 'ਚ ਕਹਿੰਦੇ ਨੇ ਉਹ ਸੂਰਜ ਚੜ੍ਹੇ ਨਾ ਹੁੰਦੀ ਹੈ ਜਿਉਂ ਜਿਉਂ ਡੁੱਬਦਾ ਹੁੰਦਾ ਹੁੰਦੀ ਜਾਂਦੀ ਉਹ ਨਾਲੇ ਕੰਨ ਦੇ ਨਾਲ ਨਹੀਂ ਹੁੰਦੀ ਉਹ ਮੱਥੇ ਤੱਖਾਂ ਲਾਲ ਸੂਈਆਂ ਹੋ ਜਾਂਦੀਆਂ ਮੇਰੀ ਉਂਝ ਨਹੀਂ ਹੈ ਉਹ ਨਹੀਂ ਹੈ ਮੈਨੂੰ ਇੰਜੀ ਹੋਈ ਸੀ ਫਿਰ ਮੈਨੂੰ ਆਪਣੇ ਅੱਬਾਈਆਂ ਕੋਲ ਆਰਾਮ ਆਇਆ ਸੀ ਆਉਂਦੇ ਨੇ ਤੈਨੂੰ ਮੈਂ ਧਾਗਾ ਤੋਂ ਦਮ ਕੀਤਾ ਤਾਂ ਸਹੀ ਹੋ ਗਈ ਮੈਂ ਆਖਿਆ ਆਉਂਦੇ ਨੇ ਤੈਨੂੰ ਮੈਂ ਧਾਗਾ ਕਰਕੇ ਦਿਆਂਗਾ ਤਾਂ ਤੂੰ ਸਹੀ ਹੋ ਜਾਏਂਗੀ ਮੈਂ ਕਿਹਾ ਬਾਈ ਮੈਂ ਸਹੀ ਹੋ ਗਈ ਹਾਂ ਧਾਗਾ ਦਿੱਤੋ ਉਹਨੇ ਮੈਂ ਪਾਇਆ ਤਾਂ ਮੈਨੂੰ ਤਾਂ ਇੰਨੀ ਜ਼ਬਰਦਸਤ ਪੀੜ ਸ਼ੁਰੂ ਹੋਈ ਅੱਛਾ ਮੈਂ ਤਾਂ ਭੱਜੀ ਜੰਡਿਆਲਿਓ ਆਈ ਤਾਂ ਫਿਰ ਦਮ ਕੀਤਾ ਤਾਂ ਫਿਰ ਮੈਂ ਸਹੀ ਹੋਈ ਉਸ ਤੋਂ ਬਾਅਦ ਨਹੀਂ ਮੈਨੂੰ ਨਹੀਂ ਤਾਂ ਮੈਂ ਕੱਲਰਬਾਦੀਓ ਕਰਾਇਆ ਜੰਡਿਆਲਿਓ ਕਰਾਇਆ ਕੋਈ ਆਰਾਮ ਨਾ ਆਇਆ ਆਪਣੇ ਅੱਬੂ ਕੋਲ ਆਰਾਮ ਆ ਗਿਆ ਅੱਛਾ ਇਹ ਨਾ ਬਗਲਾਂ ਵਿੱਚ ਨਾ ਕਛਰਾਲੀਆਂ ਹੁੰਦੀਆਂ ਉਹ ਕਹਿੰਦਾ ਦਾਣੇ ਇੱਕ ਦਾਣਾ ਭਰਦਾ ਇੱਕ ਫਿਰ ਬਣ ਜਾਂਦਾ ਇੱਕ ਭਰਦਾ ਉਹਨੂੰ ਆਉਂਦੇ ਨਾ ਕਛਰਾਲੀ ਅੱਛਾ ਅੱਬਾ ਜੀ ਉਹਨਾਂ ਦਾ ਵੀ ਦਮ ਬੜੀ ਬੜੀ ਦੂਰੋਂ ਦੁਨੀਆਂ ਕਰਾਉਣ ਆਉਂਦੀ ਉਹ ਜਿਹੜੇ ਮੋਕੇ ਟਾਈਪ ਹੁੰਦੇ ਨੇ ਨਹੀਂ ਦਾਣੇ ਬਣਦੇ ਨੇ ਪਸ ਵਾਲੇ ਦਾਣੇ ਅੱਛਾ ਅੱਲਾ ਰਹਿਮ ਕਰੇ ਮੈਂ ਕਦੇ ਨਹੀਂ ਸੁਣਿਆ ਕਿਸੇ ਕੋਲ ਨਹੀਂ ਹੁੰਦੇ ਨੇ ਸਾਡੇ ਅਜ਼ਰ ਨੂੰ ਸੀ ਅੱਛਾ ਸੱਤ ਪੂਰੇ ਹੋ ਕੇ ਨਾ ਫਿਰ ਮੁੜਦੇ ਆ ਸੱਤ ਕਰਦੇ ਉਹ ਅੱਬਾਈਆਂ ਨੂੰ ਆਰਾਮ ਆ ਜਾਂਦਾ ਹੈ ਜਿਹੜੀਆਂ ਮੱਝਾਂ ਦੁੱਧ ਨਹੀਂ ਸੰਦੀਆਂ ਰਹੀਆਂ ਲੋਕ ਪੱਠੇ ਕਰਾ ਕੇ ਪੇੜੇ ਕਰਾ ਕੇ ਖੜਦੇ ਹਨ ਆਰਾਮ ਆ ਜਾਂਦਾ ਹੁੰਦਾ ਸੀ ਅੱਛਾ ਹਲੋ ਕਿੱਥੇ ਰਹਿ ਕੇ ਹੋਈ ਹੈ ਧੁੱਪ ਜਿਹਾ ਬਾਜੀ ਹਾਂਜੀ ਨੀਂਦ ਵੀ ਆਉਂਦੀ ਪਈ ਹੈਨਾ ਸਕੂਨ ਮਿਲਦਾ ਬੱਚੇ ਨਾ ਦੇਖ ਕਿੱਥੇ ਤੁਰ ਗਏ ਵਿਟਾਮਿਨ ਡੀ ਹੁੰਦੀ ਹੈ ਮਤਲਬ ਹੱਡੀਆਂ ਸੂਰਤ ਜਿਹੜੀ ਮਿਲਦੀ ਸਬਰ ਦੱਸਿਆ ਨਹੀਂ ਕਿ ਪਾਇਆ ਨਾ ਦੇਣ ਮੇਰੇ ਕੋਲ ਮੇਰੀਆਂ ਲੱਤਾਂ ਬੇਕਾਰ ਹੋ ਗਈਆਂ ਮੈਨੂੰ ਫਿਰ ਯਾਦ ਆਉਂਦਾ ਬਾਜੀ ਜ਼ੋਰਾਂ ਨੂੰ ਵੀ ਇੰਝੀ ਆ ਧੁੱਪ ਲਵਾਉਂਦੇ ਰਹਿੰਦੇ ਹੋ ਸਕਦਾ ਉਹਨਾਂ ਦਾ ਕੋਈ ਲਵਾਉਂਦੇ ਸਨ ਲਵਾਉਂਦੇ ਸਨ ਉਹ ਤਾਂ ਵਿਚਾਰੇ ਜੀ ਤੋਂ ਮੈਂ ਵੀ ਨਹੀਂ ਸਾ ਕਮਰੇ 'ਚ ਨਹੀਂ ਧੁੱਪੇ ਲੈ ਕੇ ਜਾਂਦਾ ਹੁੰਦਾ ਸ਼ਹਿਜ਼ਾਦ ਬੜੇ ਬਹੁਤਾਂ ਨੂੰ ਅੱਛਾ ਵਿਚਾਰੇ ਦੇ ਆਪਣੇ ਲੱਕ ਨੂੰ ਵੱਲ ਪਿਆ ਗਿਆ ਸੀ ਇੱਡੀ ਭਾਰੀ ਅਤੇ ਮੇਰੇ ਬਾਜੀ ਸਨ ਪਰ ਆਉਂਦੇ ਨੇ ਮੁਕੱਦਸ ਤੂੰ ਵੀ ਜਨਾਜ਼ੇ ਦੇ ਨਾਲ ਗਈ ਚੁੱਕਿਆ ਸੀ ਬਾਜੀ ਦਾ ਹੈਂ ਬਾਜੀ ਹਾਂ ਪੱਪੂ ਆਉਂਦਾ ਕਿ ਜਿੱਦੇ ਬਾਜੀ ਭਾਰੇ ਸਰ ਮੈਨੂੰ ਬੜਾ ਡਰ ਲੱਗਦਾ ਸੀ ਕਿ ਕਿਸ ਤਰ੍ਹਾਂ ਅਸੀਂ ਚੁੱਕਾਂਗੇ ਬਾਜੀ ਦਾ ਜਨਾਜ਼ਾ ਹੌਲਾ ਸੀ ਅੱਛਾ ਭਾਰਾ ਨਹੀਂ ਸੀ ਇੰਨਾ ਹੈ ਬਾਜੀ ਕਬਰ 'ਚ ਭਰਾ ਪਾਉਂਦੇ ਨੇ ਮਤਲਬ ਮਹਿਰਮ ਪਾਉਂਦੇ ਨੇ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਉਂਕਿ ਬੰਦੇ ਨੂੰ ਤਾਂ ਕਹਿੰਦੇ ਨੇ ਉਸ ਤੋਂ ਬਾਅਦ ਇਜਾਜ਼ਤ ਨਹੀਂ ਨਾ ਹੁੰਦੀ ਹੈ ਵੀ ਮੇਰੇ ਅਬੂਰੇ ਨੇ ਪੁੱਤਰਾਂ ਨੇ ਮਤਲਬ ਪੁੱਪੂ ਮੈਂ ਵਗੈਰਾ ਫੋਤ ਹੋਏ ਨੇ ਨਾ ਅਬੂਰਾਂ ਨੇ ਭਰਾਵਾਂ ਨੇ ਅਤੇ ਨਾਲ ਉਹਨਾਂ ਦੇ ਪੁੱਤਰਾਂ ਨੇ ਭਤੀਜਿਆਂ ਭਤੀਜਿਆਂ ਨੇ ਪਾਇਆ ਹੋ ਸਕਦਾ ਇੰਝ ਹੀ ਹੁੰਦਾ ਹੋਵੇ ਕਿਉਂਕਿ ਔਰਤ ਦਾ ਉਹ ਫਿਰ ਕਹਿੰਦੇ ਨੇ ਨਾ ਮਹਿਰਮ ਨਾ ਮਹਿਰਮ ਤੇ ਔਰਤ ਦਾ ਮਹਿਰਮ ਨਹੀਂ ਹਾਂ ਤਾਂ ਮਹਿਰਮ ਤਾਂ ਭਰਾ ਆਪਣੇ ਵੇ ਭਤੀਜੇ ਅਤੇ ਪੁੱਤਰ ਅੱਲਾ ਜਾਣੇ ਅਸੀਂ ਕਿਹੜਾ ਕਬਰਸਤਾਨ ਜਾਂਦੇ ਹਾਂ ਅਤੇ ਮੈਨੂੰ ਅੱਬੂ ਦੱਸ ਹੋ ਸਕਦਾ ਦੱਸਦੇ ਹੁਣ ਤਾਂ ਸਹੀ ਹੋਣੀ ਹੈ ਗੱਲ ਬੱਚੇ ਹੈ ਤੇ ਚੁੱਪ ਕਰਕੇ ਬੈਠੇ ਹੋਏ ਆ ਗਏ ਤੇਰਾ ਹੀਰੋ ਜੀ ਹੀਰੋ ਆਹੋ ਜੀ ਤੇਰਾ ਹੀਰੋ ਪੰਜਾਬ ਮੋਬਾਇਲ ਹੈ
सुबह सुन रहे सुबह बाबा मामा ने कहा है कि और भी कुछ बाबा से मंगवाना है तो आप कह सकते हो। रसमलाई तो कह दी है। मैं रसमलाई लेके आया जी, मैंने भी बड़ी पसंद है जी। नहीं तो पप्पू बनू भी पिछली कहंदे ने तुसी खादी है। मैं क्या वासी खादी सी उस बेकरी दी ना, बड़ी मजे दी सी। तो मेरे हाल च कोई नहीं लेके गए, लेके आए उधर गए सन पाक दुलाए। ਬਾਜੀ ਜੋ ਰਾਣੀ ਰਸ ਮਲਾਈ ਵਗੈਰਾ ਵੀ ਬਣਾ ਲੈਂਦੇ ਸਾਂ, ਸਭ ਕੁਛ ਬਣਾ ਲੈਂਦੇ ਬਾਜੀ। ਉਸ ਟਾਈਮ ਬਾਜੀ ਬਿਨਾ ਯਾਦ ਕਹਿੰਦੇ ਹਾਂ, ਗਾਜਰ ਦਾ ਹਲਵਾ ਬਾਜੀ ਐਡਾ ਮਜ਼ੇਦਾਰ, ਰਸਗੁੱਲੇ ਗੁਲਾਬ ਜਾਮੁਨ ਗੁਲਾਬ ਜਾਮੁਨ ਸਭ ਕੁਛ ਬਾਜੀ ਬਣਾ ਲੈਂਦੇ ਸਾਂ, ਖੋਇਆ ਮਾਰ ਲੈਂਦੇ ਸਾਂ। ਇਹਨਾਂ ਦੀ ਦੁਕਾਨ ਸੀ ਮੰਡੀ ਦੇ ਵਿੱਚ, ਵੱਡੀ ਦੁਕਾਨ ਸੀ ਗੱਖੜ ਮੰਡੀ। ਨਹੀਂ ਤੇ ਅੱਗੋਂ ਪੁੱਤਰ ਕੋਈ ਸੰਭਾਲ ਲੈਂਦੇ, ਕਿਸੇ ਨੇ ਸੰਭਾਲੀ। ਇੱਥੇ ਵੀ ਆ ਕੇ ਪਾਏ ਨੇ ਭਾਈ ਸੀ, ਜਿੱਥੇ ਉਹ ਨਹੀਂ ਜਿੱਥੇ ਤੁਸੀਂ ਗੱਡੀ ਖਿਲਾਰਦੇ ਹੋ ਪਾਨਾ ਵਾਲੇ ਆਸਫੁਰੀ। ਆਹੋ ਆਹੋ ਆਹੋ, ਉੱਥੇ ਇਹਨਾਂ ਭੈਣ ਬਾਬੂ ਨੇ ਆ ਕੇ ਪਾਈ ਸੀ। ਨਹੀਂ ਸੀ ਚੱਲੇ, ਇਹ ਸ਼ਹਿਜ਼ਾਦ ਨੇ ਇਹਨੇ ਜੋਗਾ ਹੀ ਨਹੀਂ ਕਿਸ ਗੱਲ ਦਾ ਹੁੰਦਾ ਤੇ ਹਾਂ ਹੁਣ ਕੁਛ ਬਣ ਜਾਂਦਾ। ਇਕੱਲੇ ਵਡੇਰੇ ਬੰਦੇ ਕੁਝ ਨਾ ਇਕੱਲਾ ਕੰਮ ਚੁੱਕਿਆ ਜਾਂਦਾ ਇਹਦਾ। ਚਲੋ ਉਹਨੂੰ ਗੱਡੀ ਤੇ ਬਣਦਾ ਨਾਲ ਉਹਨਾਂ ਦੀ ਹੈਲਪ, ਨਾਲੇ ਦੋ ਧਿਰਾਂ ਦਾ ਕੰਮ ਹੁੰਦਾ ਕੋਈ ਵੀ ਕਾਰੋਬਾਰ 'ਚ ਨਾ। ਉਲਾਦ ਹੀ ਅੱਗੋਂ ਚੱਲਦੀ ਰਹਿੰਦੀ ਤੇ ਅੱਗੋਂ ਜਿਹੜੇ ਪੋਤਰੇ ਛੋਤਰੇ ਨੇ ਸੰਭਾਲ ਲੈਂਦੇ, ਸੰਭਾਲ ਲਈ ਉਹ ਸਿੱਧਾ ਲਵਾਈ ਦੀ ਨਹੀਂ ਹੁਣ ਚੱਲਦੀ ਪਈ, ਅੱਗੋਂ ਪੁਸ਼ਤਾਂ ਚਲਾਉਂਦੀਆਂ ਨੇ ਨਾ ਪੀਆਂ। ਸਹੀ ਗੱਲ। ਬੜਾ ਪੁਰਾਣੀ ਵਾਲੀ ਵੀ ਦੁਕਾਨ ਹੈ, ਮੈਂ ਛੋਟੀ ਸਾਰੀ ਸਾਂ ਗਲੀ ਹੀ ਮਸ਼ਹੂਰ ਹੋ ਗਈ ਸਿੱਧੂ ਹਲਵਾਈ ਵਾਲੀ ਦੁਕਾਨ। ਬੰਦਾ ਆਪੀ ਤਾਂ ਡਰ ਜਾਂਦਾ ਤੇ ਯਾਦਾਂ ਰਹਿ ਜਾਂਦਾ। ਮੇਰੇ ਖਿਆਲ 'ਚ ਉਹਨਾਂ ਨੇ ਖਰੀਦ ਵੀ ਆਪਣੀ ਲਈ ਹੈ। ਆਪਣੀਆਂ ਨੇ ਉਹਨਾਂ ਦੀਆਂ ਦੁਕਾਨਾਂ ਭਾਜੀ ਰੈਂਟ 'ਤੇ ਸਨ? ਨਹੀਂ ਨਹੀਂ ਆਪਣੀਆਂ। ਉੱਤੇ ਉਹਦੇ 'ਚ ਬਾਰਾਂ ਵੀ ਹੈ? ਬਾਰਾਂ ਦਾ ਨਹੀਂ ਮੈਨੂੰ ਪਤਾ, ਦੁਕਾਨਾਂ ਦਾ ਮੈਨੂੰ ਪਤਾ ਕਿ ਉਹਨਾਂ ਦੀਆਂ ਆਪਣੀਆਂ। ਕਿਉਂਕਿ ਦਰੀਸ ਬੋਲਦਾ ਨਾ ਨਾਤਾਂ ਬੜੀਆਂ। ਹਾਂ ਕਹਿੰਦੇ ਆਵਾਜ਼ ਬੜੀ ਸੋਹਣੀ ਪਿਆਰੀ ਉਹਦੀ, ਦਾਤ ਬੋਲਦਾ ਬੜੀਆਂ ਪਿਆਰੀ। ਅਜੇ ਉਹਨੇ ਵਕਾਲਤ ਦਾ ਕੀਤਾ ਅੱਜ ਭਾਜੀ, ਛੱਡ ਛੜਿਆ ਸੋ ਇੱਕੋ ਹੀ ਬੇਟਾ ਸੋ। ਹਾਂ ਅੱਗੋਂ ਆਈ ਨਹੀਂ ਆ, ਬਸ ਇਹ ਵੀ ਮੁਕੱਦਰਾਂ ਦੇ ਸੌਦੇ ਨੇ। ਚਲੋ ਇਹ ਇਕੱਲਾ ਨੇ ਦੇ ਹੀ ਛੱਡੇ ਨਾ, ਦੁਨੀਆਂ ਨਾਲ ਰਲਾ ਹੀ ਛੱਡਿਆ। ਅੱਗੋਂ ਨੂੰ ਲੈ ਆਉਣਗੇ ਤਾਂ ਹਾਂ ਤੇ ਅੱਲਾ ਹੋ ਸਕਦਾ ਕਿ ਨਹੀਂ ਹੋਈ ਹੈ। ਮੈਂ ਤਾਂ ਧੁੱਪ 'ਚ ਬਵਾਂ ਮੇਰਾ ਰੰਗ ਇੰਨਾ ਖਰਾਬ ਹੋ ਜਾਂਦਾ। ਆਇਆ ਕੀ ਆਉਂਦੀ ਸਾਰੇ ਵੀ ਅਸੀਂ ਦਾਦੋ ਆ ਮੁੰਜੇ ਫੋਨ ਨਹੀਂ ਕਰਤੀ, ਮੇਰਾ ਦਿਲ ਉਦਾਸ ਹੋਇਆ ਕਿੱਡੀ ਮਿਲਾਪੜੀ ਜੇ। ਹਾਂ ਆ ਦਾਦੋ ਆ ਮੇਰੀ ਬੜੀ ਪਿਆਰੀ ਦਾਦੋ। ਅੱਛਾ ਸਾਰੇ ਆਉਂਦੇ ਨੇ ਗੰਦੀ ਆ ਆਪਣੀ ਦਾਦੋ। ਹਾਂ ਜੀ ਨਹੀਂ ਮੇਰੀ ਪਿਆਰੀ ਦਾਦੋ ਬੜੀ ਪਿਆਰੀ ਹੈ। ਅੱਛਾ ਉੱਠੀ ਸਿੱਧੀ ਜੱਫੇ ਮਾਰੇ ਜੀ ਆਪਣੇ ਵਧੇਰਾ ਭੈਣ ਨਹੀਂ ਸੂ ਪਿਆਰ ਕਰਦੀ, ਭਰਾ ਨੂੰ ਵੀ ਬਥੇਰਾ ਕਰਦੀ, ਉਹ ਚੁੱਕ ਸਕੂਲੇ ਛੱਡ ਕੇ ਆਉਂਦਾ ਸੀ। ਉਹ ਰੋਜ਼ੀ ਨਾਲ ਲੜਦਾ, ਤੁਮੇ ਕਿਆ ਤਕਲੀਫ ਹੈ ਇਸਕੇ ਸਾਥ ਹੈ, ਤੁਮੇ ਕਿਆ ਤਕਲੀਫ ਹੈ, ਐਸ ਨਹੀਂ ਕਰਦਾ, ਕੁਛ ਕਹਿ ਰਹੀ ਹੈ ਤੁਮੇ।
ਲੱਗਦਾ ਹੁਣ ਤਾਂ।